ਹੈਰਾਨੀਜਨਕ ਖਬਰ ਸਾਹਮਣੇ ਆਈ ਹੈ ਜਲੰਧਰ ਤੋਂ। ਜਲੰਧਰ ਦੇ ਵਿੱਚ ਸ਼ਾਤਿਰ ਠੱਗਾਂ ਦਾ ਗੈਂਗ ਬਹੁਤ ਐਕਟਿਵ ਹੋ ਚੁੱਕਾ ਹੈ, ਜਿਸ ਦੇ ਕਾਰਨ ਉਹ ਭੋਲੇ ਭਾਲੇ ਲੋਕਾਂ ਨੂੰ ਸ਼ਰੇਆਮ ਠੱਗ ਰਿਹਾ ਹੈ। ਜੀ ਹਾਂ, ਜਲੰਧਰ ਦੇ ਵਿੱਚ ਇੱਕ ਗੈਂਗ ਹੈ ਜਿਸ ਵਿੱਚ 3-4 ਸ਼ਾਤਿਰ ਲੋਕ ਨੇ। ਖੁਦ ਨੂੰ ਬਿਜਲੀ ਮਹਿਕਮੇ ਦਾ ਮੁਲਾਜ਼ਮ ਦੱਸਦੇ ਨੇ ਅਤੇ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਦੇ ਵਿੱਚ ਜਾ ਕੇ ਉਹਨਾਂ ਦੇ ਬਿਜਲੀ ਮੀਟਰ ਜਾਂ ਕੋਈ ਹੋਰ ਸਮਾਨ ਦੇ ਵਿੱਚ ਨੁਕਸ ਕੱਢ ਕੇ ਉਹਨਾਂ ਨੂੰ ਡਰਾਉਂਦੇ ਨੇ ਅਤੇ ਇਸੇ ਬਹਾਨੇ ਉਹਨਾਂ ਤੋਂ ਪੈਸੇ ਹੜੱਪ ਲੈਂਦੇ ਸਨ। ਇਸ ਪੂਰੇ ਮਾਮਲੇ ਦੇ ਵਿੱਚ ਬਿਜਲੀ ਮਹਿਕਮੇ ਦੇ ਐਕਸੀਅਨ ਸਨੀ ਬਾਗਰਾ ਨੇ ਜਾਣਕਾਰੀ ਦਿੱਤੀ ਕਿ ਇੱਕ ਪ੍ਰਾਈਵੇਟ ਲੋਕਾਂ ਦਾ ਗੈਂਗ ਕਾਫੀ ਐਕਟਿਵ ਹੈ, ਜੋ ਕਿ ਘਰਾਂ ਅਤੇ ਦੁਕਾਨਾਂ ਦੇ ਵਿੱਚ ਜਾ ਕੇ ਠੱਗੀ ਕਰਦਾ ਹੈ। ਪੂਰਾ ਮੰਡਲ ਜਲੰਧਰ ਅੱਜ ਸਾਡੇ ਸਵੇਰੇ ਧਿਆਨ ਵਿੱਚ ਆਇਆ ਕਿ ਕੁਛ ਇੱਕ ਪ੍ਰਾਈਵੇਟ ਬੰਦਿਆਂ ਦਾ ਗਰੁੱਪ, ਜਿਸ ਵਿੱਚ 2-3 ਬੰਦੇ ਹਨ, ਇਹ ਜਿਹੜਾ ਸਾਡੀ ਮੰਡਲ ਅਧੀਨ ਪੈਂਦੇ ਨਹਿਰੂ ਗਾਰਡਨ ਸਬ ਡਿਵੀਜ਼ਨ ਦਾ ਏਰੀਆ ਪੈਂਦਾ ਬਲਦੇਵ ਨਗਰ, ਉੱਥੇ 2-3 ਮਹੀਨਿਆਂ ਤੋਂ ਓਪਰੇਸ਼ਨਲਾਈਜ਼ ਹੋ ਚੁੱਕੇ ਨੇ। ਇਹ ਬੰਦੇ ਆ ਜਿਹੜੇ ਆ ਕਿ ਲੋਕਾਂ ਦਾ ਘਰਾਂ ਅਤੇ ਦੁਕਾਨਾਂ ਦੇ ਵਿੱਚ ਜਾ ਕੇ ਅਤੇ ਉਹਨਾਂ ਨੂੰ ਉਹਨਾਂ ਦੇ ਮੀਟਰ ਬਦਲੀ ਕਰਨ ਜਾਂ ਹੋਰ ਕਿਸੇ ਕੋਈ ਸੀਲ ਕੁੱਟੀ ਹੋਣ ਦਾ ਸੰਬੰਧੀ ਉਹਨਾਂ ਨੂੰ ਡਰਾਵਾ ਦੇ ਕੇ ਉਹਨਾਂ ਕੋਲੋਂ ਜਿਹੜਾ ਵਾ ਕੋਈ ਪੈਸੇ ਲੈਣੇ ਜਾਂ ਕੋਈ ਕਰਪਸ਼ਨ ਨਾਲ ਸੰਬੰਧਿਤ ਕੰਮ ਕਰ ਰਹੇ ਹਨ। ਸਾਡੇ ਧਿਆਨ ਵਿੱਚ ਆਉਣ ਤੋਂ ਬਾਅਦ ਇਸ ਸੰਬੰਧੀ ਜਿਹੜਾ ਵਾ ਅਸੀਂ ਆਪਣੇ ਪੱਧਰ 'ਤੇ ਪੁੱਛ ਪੜਤਾਲ ਕਰਕੇ ਅਤੇ ਆਪਣੇ ਸਾਰੇ ਮੁਲਾਜ਼ਮਾਂ ਨੂੰ ਸੁਚੇਤ ਹੋਣ ਸੰਬੰਧੀ ਹਦਾਇਤ ਜਾਰੀ ਕੀਤੀ ਆ, ਜਿਸ ਦੇ ਸਦਕਾ ਸਾਨੂੰ ਦੁਪਹਿਰ ਦੇ ਸਮੇਂ ਤਕਰੀਬਨ 2-3 ਵਜੇ ਜਿਹੜੇ ਹੈਗੇ ਆ ਇਹ ਬੰਦਾ ਬਲਦੇਵ ਨਗਰ ਏਰੀਏ ਦੇ ਵਿੱਚੋਂ ਇਸ ਬੰਦੇ ਨੂੰ ਜਿਹੜਾ ਆਇਡੈਂਟੀਫਾਈ ਕਰ ਲਿਆ ਗਿਆ, ਕਿਉਂਕਿ ਇਸ ਬੰਦੇ ਦੇ ਪੈਸੇ ਲੈਂਦੇ ਦਾ ਵੀਡੀਓ ਸਾਨੂੰ ਕਿਸੇ ਇੱਕ ਦੁਕਾਨਦਾਰ ਨੇ ਇਸ ਸੰਬੰਧੀ ਇਤਲਾਹ ਦਿੱਤੀ ਸੀਗੀ ਕਿ ਇਹ ਬੰਦੇ ਜਿਹੜੇ ਆ ਉਹਦੇ CCTV ਫੁਟੇਜ ਦੇ ਵਿੱਚ ਕੈਪਚਰ ਹੋਏ ਨੇ, ਜਿਹਦੇ CCTV ਫੁਟੇਜ ਸਾਡੇ ਕੋਲ ਇਸ ਟਾਈਮ ਅਵੇਲੇਬਲ ਆ। ਉਸ ਫੁਟੇਜ ਦੇ ਮੁਤਾਬਕ ਇਹ 2 ਬੰਦੇ ਸੀਗੇ, ਜਿਸ ਦੇ ਵਿੱਚੋਂ ਇੱਕ ਬੰਦਾ ਜਿਹੜਾ ਵਾ ਉਹ ਆਇਡੈਂਟੀਫਾਈ ਹੋ ਗਿਆ ਅਤੇ ਇਹਨੂੰ ਜਿਹੜਾ ਬਲਦੇਵ ਨਗਰ ਏਰੀਏ ਦੇ ਵਿੱਚ ਤਕਰੀਬਨ 2-3 ਵਜੇ ਸਾਡੇ ਮੁਲਾਜ਼ਮਾਂ ਨੇ ਫੜ ਲਿਆ ਸੀਗਾ ਅਤੇ ਉਸ ਤੋਂ ਬਾਅਦ ਇਹਨੂੰ ਕੰਪਲੇਂਟ ਸੈਂਟਰ 'ਤੇ ਲਿਆ ਦਿੱਤਾ ਗਿਆ, ਚਾਕੂ ਸੈਨਾ ਕੰਪਲੇਂਟ ਸੈਂਟਰ 'ਤੇ। ਅਤੇ ਜਿੱਦਾਂ ਹੀ ਇਹ ਸਾਰੀ ਖਬਰ ਜਿਹੜੀ ਆ ਉਹ ਮੇਰੇ ਨਿੱਜੀ ਧਿਆਨ ਦੇ ਵਿੱਚ ਆਈ ਆ ਅਤੇ ਇਸ ਸੰਬੰਧੀ ਜਿਹੜਾ ਵਾ ਅਸੀਂ ਥਾਣਾ ਐਂਟੀ ਪਾਵਰ ਥੈਫਟ ਜੋ ਕਿ ਪੂਰਾ ਮੰਡਲ ਜਲੰਧਰ ਦੇ ਕੰਪਲੈਕਸ ਦੇ ਵਿੱਚ ਹੀ ਸਥਿਤ ਹੈ, ਇੱਥੇ ਇਹਨਾਂ ਦੇ ਸੰਬੰਧਿਤ ਥਾਣਾ ਇੰਚਾਰਜ SHO ਅਤੇ ASI ਨੂੰ ਇਸ ਸੰਬੰਧੀ ਸੂਚਨਾ ਦਿੱਤੀ ਹੈ ਅਤੇ ਅਸੀਂ ਇਸ ਸੰਬੰਧੀ ਜਿਹੜਾ ਵਾ ਚਾਕੂ ਸੈਨਾ ਕੰਪਲੇਂਟ ਸੈਂਟਰ ਤੋਂ ਜਿਹੜਾ ਇਹ ਠੱਗ ਫੜਿਆ ਵਾ ਉਹ ਇਹਨਾਂ ਦੇ ਸਪੁਰਦ ਕਰਕੇ ਅਤੇ ਇਸ ਸੰਬੰਧੀ ਲਿਖਤੀ ਤੌਰ 'ਤੇ ਇਹਨਾਂ 420 ਦਾ ਪਰਚਾ ਇਸ ਸੰਬੰਧਿਤ ਪੂਰੀ ਗੈਂਗ ਦੇ ਉੱਤੇ ਕਰਕੇ ਇਹਨਾਂ ਕੋਲ ਸਭ ਤੋਂ ਸਖ਼ਤ ਜਿਹੜੀ ਜੋ ਕਾਨੂੰਨੀ ਕਾਰਵਾਈ ਹੈਗੀ ਆ ਉਹਦੇ ਲਈ ਅਸੀਂ ਇਹਨਾਂ ਨੂੰ ਲਿਖਤੀ ਤੌਰ 'ਤੇ ਦਿੱਤਾ। ਅਤੇ ਸਰ ਇਹਦੇ ਬਾਰੇ ਪਹਿਲਾਂ ਵੀ ਕਦੀ ਪੁਲਿਸ ਨੂੰ ਸੂਚਿਤ ਕੀਤਾ ਜੀ? ਨਹੀਂ, ਇਸ ਸੰਬੰਧੀ ਜਿਹੜੀ ਹੈਗੀ ਇਨਫੋਰਮੇਸ਼ਨ ਸਾਡੇ ਅੱਜ ਹੀ ਧਿਆਨ ਵਿੱਚ ਆਈ, ਇਸ ਸੰਬੰਧੀ ਨਾ ਹੀ ਸਾਨੂੰ ਕਦੀ ਕੋਈ ਇਸ ਤੋਂ ਪਹਿਲਾਂ ਕੋਈ ਸ਼ਿਕਾਇਤ ਕਿਸੇ ਖਪਤਕਾਰ ਦੀ ਜਾਂ ਸਾਡੇ ਕਿਸੇ ਹੋਰ ਮੋਹਦਵਾਰ ਬੰਦੇ ਦੀ ਜਾਂ ਕਿਸੇ ਮੁਲਾਜ਼ਮ ਦੀ ਨਹੀਂ ਆਈ ਸੀਗੀ। ਅੱਜ ਹੀ ਸਾਡੇ ਧਿਆਨ ਦੇ ਵਿੱਚ ਆਇਆ ਕਿ ਇਸ ਤਰੀਕੇ ਨਾਲ 2-3 ਮਹੀਨਿਆਂ ਤੋਂ ਇਹ ਬੰਦੇ ਓਪਰੇਸ਼ਨਲਾਈਜ਼ ਹੈਗੇ ਨੇ, ਕਿਉਂਕਿ ਲੋਕਾਂ ਨਾਲ ਵੀ ਲੋਕ ਡਰ ਦੇ ਨਾਲ ਜਾਂ ਕਿਸੇ ਕਰਕੇ ਇਹਨਾਂ ਨੂੰ ਜਿਹੜਾ ਵਾ ਕੋਈ 500, 200, 1000 ਇਹ ਲੈ ਲੈਂਦੇ ਸੀਗੇ ਉਹਨਾਂ ਕੋਲੋਂ, ਅਤੇ ਲੋਕ ਜਿਹੜੇ ਆ ਕਿ ਕਦੀ ਵੀ ਇਹ ਸੂਚਨਾ ਲੋਕਾਂ ਨੇ ਸਾਡੇ ਤੱਕ ਪਹੁੰਚਾਉਣ ਲਈ ਜੇ ਨਹੀਂ ਉਹਨਾਂ ਨੇ ਦੇਖਿਆ। ਅਤੇ ਵੈਸੇ ਮੈਂ ਇਹ ਵੀ ਇਸ ਸੰਬੰਧੀ ਦੱਸਣਾ ਚਾਹੁੰਦਾ ਹਾਂ ਕਿ ਹੋਰ ਵੀ ਜਿਹੜੇ ਖਪਤਕਾਰ ਸਾਡੇ ਏਰੀਏ ਦੀ ਪੈਂਦੇ ਨੇ ਉਹਨਾਂ ਨੂੰ ਇਹ ਅਪੀਲ ਕਰਦਾ ਕਿ ਜਦੋਂ ਵੀ ਕੋਈ ਇਹੋ ਜਿਹੀ ਚੀਜ਼ ਹੀ ਕੋਈ ਕਰਮਚਾਰੀ ਜਿਹੜਾ ਕਿ ਪਾਵਰ ਕਾਰਪੋਰੇਸ਼ਨ ਦਾ ਕਰਮਚਾਰੀ ਹੋਣ ਦਾ ਦਾਅਵਾ ਕਰਦਾ ਵਾ ਉਸ ਨੂੰ ਜਿਹੜਾ ਬੜੀ ਡੂੰਘਾਈ ਦੇ ਨਾਲ ਗਹਿਰਾਈ ਦੇ ਨਾਲ ਉਸਦੀ ਜਾਂਚ ਕੀਤੀ ਜਾਵੇ। ਇੱਕ ਦੁਕਾਨਦਾਰ ਦੇ ਮੁਤਾਬਕ ਉਸਨੇ ਇਸ ਦੀ ਪੂਰੀ CCTV ਫੁਟੇਜ ਉਹਨਾਂ ਨੂੰ ਦਿੱਤੀ ਹੈ, ਜਿਸ ਵਿੱਚ ਉਹ ਡਰਾ ਧਮਕਾ ਕੇ ਉਸ ਪਾਸੋਂ ਪੈਸੇ ਲੈਂਦੇ ਨਜ਼ਰ ਆ ਰਹੇ ਨੇ। ਇਸੇ ਦੇ ਆਧਾਰ 'ਤੇ ਇੱਕ ਵਿਅਕਤੀ ਦੀ ਪਛਾਣ ਕਰਕੇ ਲੋਕਾਂ ਨੇ ਉਸਨੂੰ ਕਾਬੂ ਕਰ ਪੁਲਿਸ ਦੇ ਹਵਾਲੇ ਕਰ ਦਿੱਤਾ। ਉਧਰ ਇਸ ਮਾਮਲੇ ਬਾਰੇ ਪੁਲਿਸ ਦਾ ਇਹ ਕਹਿਣਾ ਹੈ ਕਿ ਫਿਲਹਾਲ ਵਿਅਕਤੀ 'ਤੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ, ਪਰ ਇੱਥੇ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਇਸ ਤਰ੍ਹਾਂ ਦੇ ਸ਼ਾਤਿਰ ਗੈਂਗ ਸ਼ਰੇਆਮ ਸ਼ਹਿਰ ਦੇ ਵਿੱਚ ਘੁੰਮ ਰਹੇ ਨੇ ਅਤੇ ਪੁਲਿਸ ਨੂੰ ਇਸ ਦੀ ਕੋਈ ਵੀ ਖਬਰ ਤੱਕ ਨਹੀਂ ਹੈ। ਪ੍ਰੋਸਕੂਪ ਤੋਂ ਅੰਮ੍ਰਿਤਪਾਲ ਸਿੰਘ ਦੀ ਰਿਪੋਰਟ।